ਰੇਸ਼ਮ ਦਾ ਕੱਪੜਾ ਪਸੰਦ ਕਿਸੇ ਨੂੰ ਨਹੀਂ, ਇਹ ਲੱਭਣਾ ਥੋੜਾ ਮੁਸ਼ਕਿਲ ਹੈ। ਰੇਸ਼ਮ ਦਾ ਨਾਮ ਸੁਣਦੇ ਹੀ ਲੋਕਾਂ ਵਿੱਚ ਸ਼ਾਨਦਾਰ ਕੱਪੜੇ ਦੀ ਤਸਵੀਰ ਬਣ ਜਾਂਦੀ ਹੈ। ਨੀਮ ਪਹਾੜੀ ਖੇਤਰਾਂ ਵਿੱਚ ਰੇਸ਼ਮ ਦੀ ਖੇਤੀ ਬਹੁਤ ਵਧੀਆ ਹੁੰਦੀ ਹੈ। ਰੇਸ਼ਮ ਦੇ ਕੱਪੜੇ ਦੀ ਮੰਗ ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਲਗਾਤਾਰ ਵੱਧ ਰਹੀ ਹੈ। ਇਸੇ ਲਈ ਹੁਣ ਪਠਾਨਕੋਟ ਦੇ ਨੀਮ ਪਹਾੜੀ ਇਲਾਕਿਆਂ ਵਿੱਚ ਵੀ ਰੇਸ਼ਮ ਦੀ ਖੇਤੀ ਕੀਤੀ ਜਾ ਰਹੀ ਹੈ। ਇਸ ਦੇ ਲਈ ਰੇਸ਼ਮ ਦੇ ਕੀੜੇ ਵੀ ਤਿਆਰ ਕੀਤੇ ਗਏ ਨੇ। ਬਾਗਬਾਨੀ ਵਿਭਾਗ ਦੀ ਨਰਸਰੀ ਵਿੱਚ ਰੇਸ਼ਮ ਦੇ ਕੀੜੇ ਤਿਆਰ ਕਰਕੇ ਵਿਭਾਗ ਵੱਲੋਂ ਕਿਸਾਨਾਂ ਨੂੰ ਦੇ ਦਿੱਤੇ ਜਾਂਦੇ ਨੇ। ਰੇਸ਼ਮ ਦੇ ਕੀੜੇ ਤੋਂ ਬਣਦਾ ਹੈ ਕਾਕੂਨ ਤੇ ਕਾਕੂਨ ਤੋਂ ਬਣਦਾ ਹੈ ਰੇਸ਼ਮ ਦਾ ਧਾਗਾ। ਸੈਰੀਕਲਚਰ ਦਾ ਜੋ ਜਿਹੜਾ ਇਹ ਸੀਜ਼ਨ ਹੈ, ਸਹਾਇਕ ਮੁੱਖ ਧੰਦਾ ਹੈ ਜੋ ਇਹ 28 ਤਰੀਕ ਤੋਂ ਸ਼ੁਰੂ ਹੋਇਆ, 28 ਫਰਵਰੀ ਤੋਂ, ਅਤੇ ਇਹ 15 ਦਿਨ ਜਾਣੀ ਕਿ ਸਾਡੇ ਕੋਲ ਇਹ ਇੱਥੇ ਇੰਕੂਬੇਸ਼ਨ 'ਤੇ ਰਹਿਣਾ ਹੈ। ਉਸ ਤੋਂ ਬਾਅਦ ਅਸੀਂ ਇਹ ਸੀਡ ਜਿਹੜਾ ਸਿਲਕ ਸੀਡ ਹੈ ਅਸੀਂ ਕਿਸਾਨ ਲੋਕਾਂ ਨੂੰ ਪਿੰਡਾਂ ਦੇ ਵਿੱਚ ਸਪਲਾਈ ਕਰਨਾ ਹੈ। ਅਤੇ ਇਹ ਰੇਸ਼ਮ ਦਾ ਜੋ ਸੀਜ਼ਨ ਹੈ ਇਹਦੇ ਵਿੱਚ 600 ਫੈਮਿਲੀ ਜਿਹੜੀ ਹੈ ਪੂਰੇ ਧਾਰ ਬਲਾਕ ਏਰੀਏ ਦੇ ਵਿੱਚ, ਕੰਢੀ ਪ੍ਰੋਜੈਕਟ 'ਚ ਅਤੇ ਸਜਾਨਪੁਰ ਏਰੀਏ ਦੇ ਵਿੱਚ 600 ਫੈਮਿਲੀ ਜਿਹੜੀ ਹੈ ਇਹ ਕੰਮ ਕਰ ਰਹੀ ਹੈ। ਅਤੇ ਬਹੁਤ ਹੀ ਸਹਾਇਕ ਧੰਦਾ ਹੈ, ਵਧੀਆ ਧੰਦਾ ਹੈ। ਕਿਸਾਨ ਲੋਕ ਜਿਹੜੇ ਨੇ ਇਹ 600 ਫੈਮਿਲੀ ਜਿਹੜੀ ਹੈ ਹਰ ਸਾਲ ਇਹ ਸਾਡੇ ਨਾਲ ਜੁੜ ਕੇ ਅਤੇ ਕੰਮ ਕਰਦੀ ਹੈ। ਇਹ ਡਿਪਾਰਟਮੈਂਟ ਕੋਲੋਂ ਦੇਹਰਾਦੂਨ ਤੋਂ ਸਿਲਕ ਸੀਡ ਆਉਂਦਾ। ਸਿਲਕ ਸੀਡ ਨੂੰ ਅਸੀਂ ਆਪਣੇ ਇੰਕੂਬੇਸ਼ਨ ਕਮਰੇ ਵਿੱਚ ਰੱਖ ਕੇ 24-25 ਦਾ ਟੈਂਪਰੇਚਰ ਦੇ ਕੇ ਇਹਨੂੰ ਤਿਆਰ ਕਰਦੇ ਹਾਂ। ਤਿਆਰ ਕਰਕੇ 15 ਦਿਨ ਦਾ ਪੀਰੀਅਡ ਜਿਹੜਾ ਉਹ ਸਾਡੇ ਕੋਲੋਂ ਇੱਥੇ ਇੰਕੂਬੇਸ਼ਨ ਦੇ ਵਿੱਚ ਅਸੀਂ ਇੰਕੂਬੇਸ਼ਨ ਪਲੱਸ ਚਾਕੀ ਕਰਵਾ ਕੇ ਅਸੀਂ ਕਿਸਾਨ ਲੋਕਾਂ ਨੂੰ ਦਿੰਦੇ ਹਾਂ। ਅਤੇ ਇਹ 20 ਦਿਨ ਦਾ ਇਹਨਾਂ ਦਾ ਪੀਰੀਅਡ ਹੈ। ਇਹ ਆਪਣੇ ਘਰ ਇਹਨਾਂ ਨੂੰ 4 ਦਿਨ ਦੀਆਂ 4 ਖੁਰਾਕਾਂ ਪਾ ਕੇ ਅਤੇ ਇਹਨਾਂ ਨੂੰ ਪਾਲਦੇ ਨੇ। ਅਤੇ ਇਹ 4 ਕੁ ਦਿਨ ਬਾਅਦ ਮੋਲਟ ਵਿੱਚ ਵੀ ਜਾਂਦੇ ਨੇ। ਅਤੇ ਮੋਲਟ ਤੋਂ ਬਾਅਦ ਇਹਨਾਂ ਨੂੰ ਇਹਨਾਂ ਨੇ ਫਿਰ ਖੁਰਾਕ ਸ਼ੁਰੂ ਚਾਲੂ ਕਰਨੀ ਹੈ, ਫਿਰ 4 ਦਿਨ ਬਾਅਦ ਮੋਲਟ 'ਚ ਜਾਂਦੇ ਨੇ। 2 ਮੋਲਟਾਂ ਡਿਪਾਰਟਮੈਂਟ ਨੇ ਕਢਾਉਣੀਆਂ ਨੇ ਅਤੇ 2 ਮੋਲਟਾਂ ਇਹਨਾਂ ਨੇ ਆਪਣੇ ਘਰ ਕਢਾ ਕੇ ਅਤੇ 6-7 ਡੇ ਤੋਂ ਬਾਅਦ ਇਹ ਟੂਟੀ ਲਾਉਣਾ ਸ਼ੁਰੂ ਕਰ ਦਿੰਦੇ ਨੇ। ਇਸ ਖੇਤੀ ਨੂੰ ਲੈ ਕੇ ਕਿਸਾਨਾਂ ਵਿੱਚ ਖੁਸ਼ੀ ਵੀ ਵੇਖਣ ਨੂੰ ਮਿਲਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਖੇਤੀ ਕਰ ਰਹੇ ਨੇ ਤੇ ਮੁਨਾਫਾ ਵੀ ਕਮਾ ਰਹੇ ਨੇ। ਸਾਡੇ ਬਾਬੇ ਤਰ੍ਹਾਂ ਦੇ ਵੀ ਸੀ, ਪਾਉਂਦੇ ਆ, ਇਹ ਛੋਟੇ ਛੋਟੇ ਹੁੰਦੇ ਰਹੇ ਤਾਂ ਇਹਨਾਂ ਨੂੰ ਦੇਖਦੇ ਰਹੇ ਸੀ। ਅਤੇ ਅੱਗੇ ਜਿਹੜੇ ਸਾਡੇ ਬਾਬੇ ਦਾਦੇ ਪੂਰੇ ਹੋ ਗਏ, ਅੱਗੇ ਮਾਂ ਪਿਓ ਸਾਡੇ ਉਹ ਇਹੀ ਕੰਮ ਕਰਦੇ ਆ। ਤਾਂ ਚਲੋ ਫਾਇਦਾ ਵੀ ਸਾਨੂੰ ਹੋਇਆ, ਪਰ ਮਾਂ ਪਿਓ ਕਹਿੰਦਾ ਕਿ ਮੈਂ ਕਿਵੇਂ ਫਾਇਦਾ। ਤਾਂ ਇਹ ਸ਼ੁਰੂ ਤੋਂ ਇਹੀ ਕੰਮ ਕਰਦੇ ਆਏ, ਹੁਣ ਭਾਈ ਵੀ ਇਹੀ ਕਰਨਾ, ਚਲੋ ਸਾਨੂੰ ਵੀ ਫਾਇਦਾ ਅਤੇ ਚਲੋ ਸਾਡੇ ਵੀ 4 ਪੈਸੇ ਬਟਵਾਉਂਦੇ ਆ। ਅਸੀਂ 20-22 ਸਾਲ ਹੋਇਆ ਕੰਮ ਕਰਦੇ, ਠੀਕ ਠਾਕ ਕੰਮ ਕਰਨੇ ਆ। ਦੋ ਨੀਂਦਰੇ ਅਸੀਂ ਕੀੜਾ ਪਾਲਣੇ, ਉਸ ਤੋਂ ਬਾਅਦ 13-14 ਹਜ਼ਾਰ ਰੁਪਈਆ ਸਾਲ ਦਾ ਅਸੀਂ ਕਰ ਲੈਂਦੇ। ਬੱਚੇ ਬੁੱਚੇ ਵੀ ਨਾਲ ਲੱਗਦੇ ਨੇ ਸਾਰੇ। ਜਦੋਂ ਦੇ ਅਸੀਂ ਵਿਆਹ ਕਰਾ ਦਾ ਤਾਂ ਵੀ ਇਹੀ ਕੰਮ ਕਰਨੇ। ਸੱਸ ਸਹੁਰਾ ਸਾਰੇ ਪਿਛਲੇ ਵੀ ਇਹੀ ਕੰਮ ਕਰਦੇ। ਠੀਕ ਹੀ ਆ, ਠੀਕ ਤਰ੍ਹਾਂ ਨਾਲ ਕੰਮ ਹੋਣਾ ਚਾਹੀਦਾ। ਰੇਸ਼ਮ ਦੇ ਕੀੜਿਆਂ ਦੀ ਖੁਰਾਕ ਸ਼ਹਿਤੂਤ ਦੇ ਪੱਤੇ ਹੁੰਦੇ ਨੇ ਜੋ ਬਾਗਾਂ ਵਿੱਚ ਆਸਾਨੀ ਨਾਲ ਮਿਲ ਵੀ ਜਾਂਦੇ ਨੇ। ਹੈਰਾਨੀ ਵਾਲੀ ਗੱਲ ਹੈ ਕਿ ਰੇਸ਼ਮ ਦੇ ਕੀੜੇ ਦੀ ਜ਼ਿੰਦਗੀ ਬਹੁਤ ਲੰਬੀ ਨਹੀਂ ਹੁੰਦੀ। 2 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਰੇਸ਼ਮ ਦਾ ਕੀੜਾ ਕਾਕੂਨ ਬਣਾ ਕੇ ਮਰ ਵੀ ਜਾਂਦਾ ਹੈ। ਫਿਰ ਇਸੇ ਰੇਸ਼ਮ ਦੀ ਕੀਮਤ ਬਾਜ਼ਾਰਾਂ ਵਿੱਚ ਹਜ਼ਾਰਾਂ ਤੋਂ ਲੱਖਾਂ ਤੱਕ ਪੈਂਦੀ ਹੈ। ਪਠਾਨਕੋਟ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਈਲੈਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾ ਰਿਹਾ, ਤਾਂ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ, ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਿਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ, ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤਾਂ ਕੀ ਰਿਕੁਆਇਰਮੈਂਟ ਹੈ। ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ।